ਲਾੜਾ ਨੀ ਵੇਖਣਾ ਲਾੜਾ ਲਾੜਾ ਕਿਹੜਾ ਲਾੜਾ ਚਾਚਾ
20 ਲੱਖ ਰੁਪਿਆ ਲਾੜੇ ਤੇ ਲਾਇਆ ਉਹ ਨਹੀਂ ਵਹਾਉਣਾ ਸੀ ਇਹਨਾਂ ਕਾਕਾ ਜੀ ਸਿੱਧੇ ਹੋ ਕੇ ਬੈਠੋ ਤੁਹਾਡੀ ਨਾ ਉਮਰ ਵੱਧ ਗਈ ਹੈ ਤੁਹਾਡੀ ਨਾ ਉਹ ਪਕੜ ਹੁਣ ਰਹੀ ਨਹੀਂ ਥੋੜਾ ਜਿਹਾ ਨਾ ਸਾਡੇ ਦਿਮਾਗ ਦੀਆਂ ਨਾੜਾਂ ਨਾ ਖੋਲ ਕਾਕਾ ਥੋੜਾ ਪਰੇ ਹੋ ਜਾ ਤੂੰ ਇਹਨੂੰ ਨਾ ਭਰ ਦੇ ਉੱਧਰ ਹੋ ਜਾ ਬਾਹਰ ਜਾ ਵੇਖ ਕਿਸੇ ਨੇ ਬਜਰੀ ਦੀ ਟਰਾਲੀ ਸਟਾਈ ਉਹ ਕਿਉਂ ਜੀ ਉਹ ਬਜਰੀ ਹੁੰਦੀ ਨਿੱਕੀ ਨਿੱਕੀ ਉਹਦੇ ਤੇ ਘੀਸੀ ਕਰ ਸ਼ਾਇਦ ਕੋਈ ਦਾਣਾ ਫੇਟ ਆ ਜਾਏ ਤੇਰੇ ਚਵਲ ਦਿਆ ਬੱਚਿਆ ਕਿਉਂ ਮੇਰਾ ਬੇੜਾ ਖਰਾ ਕਰਤਾ ਹੀ ਮੇਰੀਆਂ ਨਾਸਾਂ ਦਾ ਪਰ ਉਹ ਖੋਤੀ ਦਿਆ ਬੱਚਾ ਜੋ ਤੈਨੂੰ ਪਤਾ ਤੇਰੇ ਕੋਲ ਮਿਸਟੇਕ ਹੁੰਦੀ ਆ ਅਦਰਕ ਵਾਲੀ ਚਾਹ ਪੀ ਕੇ ਦੇਖ ਲਾ ਹਾਂ ਕੁੜੀਏ ਇਧਰੋਂ ਦੀ ਆ ਜਾ ਹਾਂ ਮੈਂ ਕਿਹਾ ਕਾਲਾ ਬਾਂਦਰ ਤੇ ਪਰੇ ਕਰ ਲੋ ਹੁਣ ਪਤਾ ਨਹੀਂ ਦੋਵੇਂ ਚੋਂ ਕਿਹਨੂੰ ਕਹਿਣ ਡਈ ਉਹ ਤੈਨੂੰ ਨਹੀਂ ਕਹਿ ਰਹੀ ਇਧਰੋਂ ਅਦਰਕ ਕੀ ਹੋਇਆ ਮੈਂ ਕਿਹਾ ਲੋ ਪੈਸੇ ਕਾਦੇ ਇਹ ਮੁਬਾਰਕੀ ਦੇ ਅੰਮੀ ਨੇ ਭੇਜੇ ਨੇ ਨਵੇਂ ਨੋਟ ਨੇ ਲੱਗਦਾ ਅੰਮੀ ਨੂੰ ਤਾਜ਼ਾ ਹੀ ਫੰਕਸ਼ਨ ਲੱਭਾ ਅੱਜ ਐਸੇ ਕਿ ਕੁੜੀਆ ਫੜ ਉੱਥੇ ਰੱਖ ਕੇ ਸਿਰ ਸਵਾਏ ਤੇਰੇ ਬੰਦੇ ਤੋਂ ਕੱਢ ਹੀ ਕੋਈ ਨਾ ਸਕੇ ਮੇਰੇ ਚਾਚਾ ਜੀ ਹਾਂਜੀ ਮੈਂ ਅੱਜ ਲਾੜਾ ਵੇਖਣਾ ਹੈ ਤੇ ਮੈਂ ਅੱਜ ਵਿਖਾ ਕੇ ਭੇਜਣਾ ਹੈ ਤੁਹਾਨੂੰ ਉਹ ਪੁੱਤ ਐਸੇ ਕਹਿਣਾ ਇੱਧਰ ਹੋ ਜਾ ਤੇਰੀ ਮੈਂਟਲੀ ਪਰਵਾਜ ਦੱਸਦੀ ਆ ਵਾਲਦਾ ਤੇਰੀ ਇੱਕ ਚਸਕੋਲੀ ਔਰਤ ਹੋਈ ਹੈ ਬਣਾ ਲੈ ਚੇਵਲ ਦਾ ਬੱਚਾ ਨਾ ਹੋਵੇ ਤੇ ਮੈਂ ਕਿ ਜਾਨ ਜੀ ਜੀ ਜਾਨ ਮੈਨੂੰ ਹੱਕ ਮੈਚ ਕੀ ਦੋਗੇ ਕੀ ਲੈਣਾ ਕੁੜੀਏ ਦੱਸ ਕੀ ਹੱਕ ਮੈਚ ਮੈਂ ਕਿਹਾ ਜੀ ਅੱਬਾ ਜੀ 50 ਲੱਖ ਦੇ ਦੋ ਦੇ ਆ ਮੁੰਡਿਆ ਪਿਛਲੀ ਸਾਰੀ ਜ਼ਮੀਨ ਤੇ ਕਾਇਆ ਤੈਨੂੰ ਫੜਾ ਦਿੱਤੀ ਜੀ ਸੱਚੀ ਮੁੱਚੀ ਕਰੋਚੀ ਮੂੰਹ ਹਾਈ ਚ ਕੀ ਦੋਗੇ ਕੀ ਚਾਹੀਦਾ ਤੈਨੂੰ ਮੂੰਹ ਵਹਾਈ 1 ਕਰੋੜ ਕਾਕਾ ਇਧਰ ਆ ਤੂੰ ਮੂੰਹ ਰਹਿਣ ਦੇ ਬਿਲਕੁਲ ਆਈ ਸਾਹਿਬ ਨਾਲੇ ਮੂੰਹ ਨੂੰ ਤੂੰ ਕੀ ਕਰਨਾ ਕਹਾਂ ਜਾ ਕੇ ਮਾਰ ਕੇ ਝੁੱਟੀ ਕੰਮ ਨੂੰ ਵੇੜ ਵਿੱਚੋਂ ਉਹ ਨਹੀਂ ਆਪਾਂ ਆਹੋ ਤੂੰ ਸੱਚਾ ਪੁੱਤ ਅੱਜ ਕੱਲ੍ਹ ਮੂੰਹ ਵੀ ਪਹਿਲੇ ਹੀ ਚਾਹੀਦਾ ਹੁੰਦਾ ਮੈਂ ਚੈੱਕ ਕਰ ਰਿਹਾ ਸੀ ਆਪਣਾ ਹਲਕੇ 'ਚ ਗੰਦੇ ਹੈ ਨੇ ਕਿ ਨਹੀਂ ਹਸਪਤਾਲ ਕਿਸੇ ਦਾ ਪਤਾ ਲੈਣ ਗਿਆ ਹੈ ਉਹਨਾਂ ਨੇ ਉਹਨੂੰ ਛੁੱਟੀ ਦੇ ਕੇ ਇਹਨੂੰ ਦਾਖਲ ਕਰ ਲਿਆ ਕੋਕ ਪੈਪਸੀ ਹੁੰਦੀ ਬੋਤਲ ਕਰਕੇ ਢੱਕਣ ਖੋਲਦਾ ਉਹ ਢੱਕਣ ਲਵਾ ਕੇ ਕੁਝ ਚੂੜੀ ਹੁੰਦੀ ਤੇਰਾ ਫਸ ਜਾਏਗਾ ਸਹੀ ਕੀ ਕਰਨ ਦੇ ਚੌਧਰੀ ਸਾਹਿਬ ਤੁਸੀਂ ਕਰਨ ਦੇ ਤੂੰ ਪਰੇ ਹੋ ਕੇ ਬਹਿ ਜਾ ਵਿਸਤ ਕਰਨ ਦੇ ਪੱਗ ਦੇ ਸਾਹਮਣੇ ਹਾਂ ਤੀਰ ਆ ਕੁੜੀਏ ਦੱਸ ਕੀ ਸਲਾਮੀ ਲੈਣੀ ਆ ਦੱਸ ਆਪਾ ਆ ਮੂੰਹ ਕੱਢ 50,000 ਕਿੰਨਾ 50,000 ਮੈਂ ਇਕੱਲਾ ਹੀ ਆ ਬਾਬਾ ਨਹੀਂ ਮੇਰਾ ਮਤਲਬ ਆਲਾ ਫੜੋ ਬਾਹਰ ਗੇਟ ਲੱਗ ਗਿਆ ਚੰਗੇ ਭਲੇ ਅਸੀਂ ਚੌਧਰੀਆਂ ਦੇ ਕੰਜਰ ਜਿਹਾ ਪੇਂਟ ਕਰਦਾ ਇੱਕ ਮਿੰਟ 'ਚ ਜੋਰ ਆ ਗਿਆ ਸਾਡੀ ਚਾਹ ਦੇ ਕੱਪ ਤੋਂ ਡੂੰਡੀ ਤੋਂ ਚੁੱਕਣ ਲੱਗਿਆ ਤੇ ਫਾਲਜ ਹੋ ਗਿਆ ਸੀ ਮੈਂ ਦੇਵੀ ਠਾਕੇ ਭੈਣ ਅੱਛਾ ਤੇ ਮੈਂ ਤੁਹਾਡੀ ਭੈਣ ਕੱਢ ਲੈਣੀ ਸੀ ਅਸੀਂ ਆ ਇੱਜ਼ਤਮੰਦ ਗੈਰਤਮੰਦ ਕੌਣ ਬੱਲੇ ਦੇ ਵਿੱਚ ਆ ਰਿਹਾ ਕਿ ਪਤਾ ਕਿਹਦਾ ਕਿੱਧਰ ਚੱਲਾ ਕਹਿੰਦਾ ਮੈਂ ਡਾਕਟਰ ਕੋਲ ਚੱਲਾ ਆਪਣੀ ਬੀਵੀ ਦੀਆਂ ਰਿਪੋਰਟਾਂ ਲੈਣ ਉਹ ਬੰਦਾ ਕਹਿੰਦਾ ਚਵਲਾ ਉਹ ਤੂੰ ਮੱਲੇ 'ਚੋਂ ਲੈ ਲੈ ਔਰ ਮਾੜੇ ਪਿੰਡ ਦਾ ਤੇਰੇ ਵਰਗਾ ਲੈਲਾ ਹੁੰਦਾ ਕੁਰਬਾਨੀ ਦਾ ਹਾਂ ਇਹ ਤੋਂ ਇੱਕ ਦਿਨ ਪਹਿਲਾਂ ਹੀ ਖੁਰਲੀ ਸਿੰਘ ਮਾਰ ਕੇ ਤੋੜ ਕੇ ਕਹੇਗਾ ਮੇਰੀ ਤਾਂ ਨਹੀਂ ਹੁਣ ਕੁਰਬਾਨੀ ਹੋਣੀ ਅੱਛਾ ਤੋੜੀ ਤੁਸੀਂ ਨਾ ਥੋੜ੍ਹਾ ਜਿਹਾ ਪੜਾ ਲੱਗੇ ਜਾਓ ਕਿਉਂ ਉਹ ਇੰਝ ਹੀ ਲੱਗਿਆ ਕਿ ਤੁਹਾਨੂੰ ਪਰਸੋਂ ਦੀ ਅੱਗ ਲੱਗੀ ਓਏ ਉਹ ਤਾਂ ਸਕਿਨ ਪ੍ਰੋਬਲਮ ਆ ਪੰਜਾਬੀ ਫਿਲਮ ਵੇਖ ਕੇ ਆਇਆ ਸੀ ਮੇਰੇ ਕੋਲ ਚੈਰੀ ਖਾਧੀ ਗਈ ਸਾਈਡ ਇਫੈਕਟ ਹੋ ਗਿਆ ਚੈਰੀ ਸਾਈਡ ਇਫੈਕਟ ਨਹੀਂ ਆਇਆ ਤੈਨੂੰ ਫਰੰਟ ਇਫੈਕਟ ਹੋਇਆ ਫਿਰ ਤੁਸੀਂ ਸਾਰੀ ਗਲੀ ਖਾ ਲਈ ਨਿੱਛ ਮਾਰੀ ਸੀ ਉੱਤੇ ਪੌਣੇ 400 ਖੱਲੀ ਪੈ ਗਈ ਇਹਨੂੰ
ਆ ਤੇਰੇ ਵਰਗੇ ਇਹੋ ਜਿਹੇ ਬੰਦੇ ਨੂੰ ਨਾ ਬਾਜ਼ਾਰੋਂ ਮਾਰ ਪਾਈ ਜਾਂਦੀ ਹੈ। ਕਿਵੇਂ ਹੋ ਜੀ ਭਾਈ ਗੱਲ ਸੁਣਿਆ ਜੀ? ਹਾਂ ਜੀ ਠੱਡਾ ਠੱਡਾ ਚਲ ਜਾਓ ਆਓਗੇ ਕਰ ਗਿਆ ਆਪਣੀ ਬੀਵੀ ਨੂੰ ਕਹਿੰਦਾ ਕੀ ਪਕਾਇਆ? ਉਹ ਕਹਿੰਦੀ ਆਲੂ ਮਾਰਿਆ। ਹਾਂਜੀ ਨੂੰ ਠੁੱਟਾ ਕਹਿੰਦਾ ਰੋਜ਼ ਆਲੂ ਰੋਜ਼ ਆਲੂ ਰੋਜ਼ ਆਲੂ। ਆਪਣੇ ਮੁੰਡੇ ਕਹਿੰਦਾ ਇਧਰ ਆ ਲੈ 20 ਰੁਪਏ ਤੇ ਦੋ ਆਲੂ ਵਾਲੀਆਂ ਟਿੱਕੀਆਂ ਲੈ ਕੇ ਆ। ਤੇਰੀ ਸਾਹਿਬ